ਇੱਕ ਬੇਨਤੀ ਕਰ ਦਵਾਂ ਅੱਜਕੱਲ ਬੜਾ ਮੁੱਦਾ ਉੱਭਰਿਆ ਹੋਇਆ ਹੈ ਪੰਜਾਬ ਵਿੱਚ ਕਾਫੀ ਰੌਲਾ ਹੈ ਜੀ ਸਕੂਲਾਂ ਵਿੱਚ ਪੰਜਾਬੀ ਤੇ ਬਹਿਣ ਲੱਗ ਰਿਹਾ ਹੈ ਜੇ ਕੋਈ ਪੰਜਾਬੀ ਬੋਲਦਾ ਹੈ ਫਾਈਨ ਲਾ ਦਿੰਦੇ ਨੇ 10 ਰੁਪਏ 100 ਰੁਪਏ 200 ਰੁਪਏ ਇਹਨੂੰ ਧਿਆਨ ਨਾਲ ਸੁਣਿਓ ਇੰਡੀਆ ਸਬ ਕੌਂਟੀਨੈਂਟ ਦੇ ਵਿੱਚ ਕਈ ਸਟੇਟਾਂ ਨੇ ਚਾਹੇ ਕਿ ਨੈਸ਼ਨਲ ਲੈਂਗੁਏਜ ਹਿੰਦੀ ਹੈ ਸਿੱਖਣੀ ਚਾਹੀਦੀ ਏ ਸਾਰਿਆਂ ਨੂੰ ਇੰਗਲਿਸ਼ ਵਿੱਚ ਸਿੱਖੋ ਅਰਬੀ ਫਾਰਸੀ ਸੰਸਕ੍ਰਿਤ ਸਾਰੀਆਂ ਭਾਸ਼ਾ ਸਿੱਖੋ ਪਰ ਹਰ ਸਟੇਟ ਵਿੱਚ ਆਪਣੀ ਭਾਸ਼ਾ ਹੈ ਆਪੋ ਆਪਣੀ ਮਦਰ ਟੰਗ ਹੈ ਸਾਡੀ ਸਿੱਖਾਂ ਦੀ ਪੰਜਾਬੀ ਹੈ ਹੁਣ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਵੱਧ ਮਾਣ ਪੰਜਾਬੀ ਗੁਰਮੁਖੀ ਨੂੰ ਬਖਸ਼ਿਆ ਉਹਨਾਂ ਦੀ ਬਾਣੀ ਚਰ ਵੀ ਫਾਰਸੀ ਸੰਸਕ੍ਰਿਤ ਸਾਰਾ ਕੁਝ ਹੈ ਹਿੰਦੀ ਵੀ ਹੈ ਪਰ ਸਾਰੀ ਜਿਹੜੀ ਉਹਨਾਂ ਦੀ ਬਾਣੀ ਐ ਦੂਸਰੀਆਂ ਭਾਸ਼ਾਵਾਂ ਦੇ ਅਲਫਾਜ਼ ਵੀ ਜੇ ਲਿਖੇ ਤੇ ਗੁਰਮੁਖੀ ਪੰਜਾਬੀ ਚ ਕਿੱਡਾ ਕਰੋ ਤਬਾ ਹੋਏਗਾ ਇਸ ਭਾਸ਼ਾ ਦਾ ਅਸੀਂ ਇਸ ਗੱਲ ਤੋਂ ਸਮਝਦੇ ਹਾਂ ਭਾਸ਼ਾ ਤੇ ਪੰਜਾਬੀ ਬੜੀ ਪੁਰਾਣੀ ਐ ਪਰ ਕੋਈ ਇਹਦੇ 'ਚ ਧਾਰਮਿਕ ਗ੍ਰੰਥ ਨਹੀਂ ਸੀ ਗੁਰਾਂ ਨੇ ਮਹਾਨ ਸ੍ਰੀ ਆਦਿ ਗੁਰੂ ਗ੍ਰੰਥ ਸਾਹਿਬ ਰਚ ਦਿੱਤੇ ਗੁਰੂ ਅਰਜਨ ਸਾਹਿਬ ਨੇ ਤੋਂ ਅਸੀਂ ਇਸ ਭਾਸ਼ਾ ਨੂੰ ਆਪਣੀ ਮਾਂ ਸਮਝਦੇ ਹਾਂ ਬਾਕੀ ਸਾਰੇ ਸ਼ਰੀਕ ਹੁੰਦੇ ਨੇ ਮਾਸੀਆਂ ਤਾਈਆਂ ਚਾਚੀਆਂ ਉਹ ਸਭ ਭਾਸ਼ਾਵਾਂ ਸਿੱਖੋ ਤੇ ਜਿੰਨਾ ਸਕੂਲਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਧਰਤੀ ਤੇ ਰਹਿ ਕੇ ਪੰਜਾਬੀ ਤੇ ਬੈਨ ਲਾਇਆ ਜਾ ਰਿਹਾ ਹੈ ਪਹਿਲਾਂ ਤਾਂ ਸਰਕਾਰ ਨੂੰ ਕਦਮ ਚੁੱਕਣਾ ਚਾਹੀਦਾ ਹੈ ਉਹਨਾਂ ਦੀ ਮਾਨਤਾ ਰੱਦ ਕਰਨੀ ਚਾਹੀਦੀ ਹੈ ਸਕੂਲਾਂ ਦੀ ਦੂਸਰਾ ਸਾਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਜਿਹੜੀਆਂ ਸਿੱਖ ਸੰਸਥਾਵਾਂ ਨੇ ਖਾਲਸਾ ਸਕੂਲ ਪੰਜਾਬੀ ਸਕੂਲ ਬਣਾਏ ਨੇ ਵੱਧੋ ਵੱਧ ਬੱਚੇ ਉੱਥੇ ਪੜ੍ਹਨੇ ਪਾਓ ਨਾਲੇ ਆਰਥਿਕ ਤੌਰ ਤੇ ਆਪਣੀਆਂ ਸੰਸਥਾਵਾਂ ਮਜ਼ਬੂਤ ਹੋਣ ਤੋ ਮੇਰੀ ਇਹ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਊੜਾ ਰਹੇਗਾ ਤੇ ਜੂੜਾ ਰਹੇਗਾ ਸਾਰੀਆਂ ਭਾਸ਼ਾਵਾਂ ਸਿੱਖੋ ਪਰ ਪੰਜਾਬੀ ਵਰਗਾ ਦਾਇਰਾ ਕਿਸੇ ਭਾਸ਼ਾ ਦਾ ਨਹੀਂ ਮੈਂ ਇੰਗਲਿਸ਼ ਵਿੱਚ ਕਈ ਵਾਰ ਅਰਥ ਕਰਦਾ ਇੱਕ ਦੋ ਅਰਥ ਇਹਦੋਂ ਵੱਧ ਹੈ ਹੀ ਨਹੀਂ ਐਡੀ ਗਰੀਬ ਭਾਸ਼ਾ ਕਿਉਂ ਵਰਤੀ ਗਈ ਸੌਖੀ ਸੀ ਜੀ ਬਿਜ਼ਨਸ ਲੈਂਗੁਏਜ ਬਣਾ ਦਿੱਤੀ ਵੀ ਸੌਖੀ ਆ ਜਾਂਦੀ ਹੈ ਜੇ ਸਭ ਤੋਂ ਡੂੰਗੇ ਅਰਥ ਵਧੇਰੇ ਅਰਥ ਪੜ੍ਹਨੇ ਨੇ ਤੇ ਗੁਰਮੁਖੀ ਪੰਜਾਬੀ ਚ 10-10 ਅਰਥ ਬਾਣੀ ਦੇ ਇੱਕ ਇੱਕ ਪੰਕਤੀ ਦੇ ਨਿਕਲਦੇ ਨੇ ਤੋ ਪੰਜਾਬੀ ਨੂੰ ਪਰਫੁੱਲਤ ਰੱਖੋ ਘਰਾਂ ਚ ਪੰਜਾਬੀ ਬੋਲੋ ਪੰਜਾਬੀ ਰਹੇਗੀ ਸਿੱਖੀ ਪਰਫੁੱਲਤ ਰਹੇਗੀ ਸੋ ਦਾਸ ਦੀ ਵੀ ਬੇਨਤੀ ਹੈ ਖੰਡੇ ਦੀ ਪੋਲ ਛਕੋ ਗੁਰੂ ਵਾਲੇ ਬਣੋ